ਹੈਲੋ एवरीवन वेलकम اور वेलकम बैक टू माय चैनल ਸੋ ਅੱਜ ਦਾ ਆਪਣਾ ਟੋਪਿਕ ਹੈ ਬਾਇਓਡਾਈਵਰਸਿਟੀ ਇਸ ਦਾ मीनिंग ਜਾਣਾਂਗੇ ਮਹੱਤਵ ਜਾਣਾਂਗੇ ਖਤਰੇ ਵੀ ਪੜਾਂਗੇ ਕਿ ਕਿਹੜੇ-ਕਿਹੜੇ ਖਤਰੇ ਨੇ ਆਪਣੀ ਬਾਇਓਡਾਈਵਰਸਿਟੀ ਨੂੰ ਪਲੱਸ ਸੁਰੱਖਿਆ ਇਹਨਾਂ ਦੀ ਕਿੱਦਾਂ ਕੀਤੀ ਜਾ ਸਕਦੀ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੋਣ ਵਾਲਾ ਹੈ ਸੋ ਇਹ ਵੀਡੀਓ ਯੂਸਫੁਲ ਹੈ ਜਿਹੜੇ ਵੀ ਵਿਦਿਆਰਥੀ ਗ੍ਰੈਜੂਏਸ਼ਨ ਕਰ ਰਹੇ ਨੇ ਸੈਮੈਸਟਰ 1 ਦੇ ਵਿੱਚ ਨੇ ਜਾਂ ਫਿਰ ਸੈਮੈਸਟਰ 3 ਦੇ ਵਿੱਚ ਨੇ ਬਿਕਾਉਜ਼ ਦੋਨਾਂ ਦਾ ਹੀ ਜਿਹੜਾ ਹੈਗਾ ਕੰਟੈਂਟ ਟੌਪਿਕਸ ਸਭ ਕੁਝ ਸੇਮ ਹੈ ਸਿਲੇਬਸ ਬਿਲਕੁਲ ਸੇਮ ਹੈ ਤੋ ਤੁਸੀਂ ਇਸ ਵੀਡੀਓ ਦੇ ਨਾਲ ਨਾਲ ਹੋਰ ਵੀ ਟੀਚਿੰਗ ਵੀਡੀਓਜ਼ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਹਨ ਹੋਰ ਕਾਫੀ ਸਾਰੇ ਟੌਪਿਕਸ ਮੈਂ ਚੈਨਲ ਦੇ ਉੱਤੇ ਕਰਵਾਏ ਨੇ ਇੰਪੋਰਟੈਂਟ ਕੁਐਸਚਨ ਵੀ ਪਾਏ ਹੋਏ ਨੇ ਕਿ ਕਿਹੜੇ ਇੰਪੋਰਟੈਂਟ ਕੁਐਸਚਨ ਤੁਸੀਂ ਕਰਕੇ ਜਾ ਸਕਦੇ ਹੋ ਤੋਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਿਕੋਜ਼ ਹੋਰ ਵੀ ਕਾਫੀ ਸਾਰੇ ਸਬਜੈਕਟ ਦੇ ਟੀਚਿੰਗ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਲੱਭ ਜਾਣਗੇ ਇੰਪੋਰਟੈਂਟ ਕੁਐਸਚਨ ਵੀ ਪ੍ਰੀਵੀਅਸ ইয়ার ਪੇਪਰ ਵੀ ਸੋ ਸਟਾਰਟ ਕਰਦੇ ਹਾਂ ਜਲਦੀ ਜਲਦੀ ਵੀਡੀਓ ਨੂੰ ਸੋ ਜੈਵਿਕ ਵਿਭਿੰਨਤਾ ਯਾਨੀ ਕਿ ਬਾਇਓ ਡਾਈਵਰਸਿਟੀ ਜੈਵਿਕ ਹੁੰਨ ਯਾਨੀ ਕਿ ਬਾਇਓ ਦਾ ਕੀ ਜਿਉਂਦੀਆਂ ਛੇਵਾ ਮਤਲਬ ਜਿਉਂਦੀਆਂ ਛੇ ਮਤਲਬ ਜਿਹੜੀ ਚੀਜ਼ ਜੀਵਤ ਹੈਗੀ ਆ ਤਾਂ ਉਸ ਨੂੰ ਆਪਾਂ ਕੀ ਕਵਾਂਗੇ ਕਿ ਜੈਵਿਕ ਹੈ ਤੇ ਵਿਭਿੰਨਤਾ ਦਾ ਅਰਥ ਹੈ ਵਖਰੇਵਾ ਡਿਫਰੈਂਸਿਸ ਠੀਕ ਹੈ ਬਾਇਓ ਦਾ ਮਤਲਬ ਜਿਹੜੀ ਚੀਜ਼ ਲੀਵਿੰਗ ਆ ਤੇ ਜੇ ਵਿਭਿੰਨਤਾ ਦਾ ਅਰਥ ਹੈ ਡਿਫਰੈਂਸਿਸ ਤੇ ਸਰਤੀ ਉੱਤੇ ਜਿੰਨੀਆਂ ਵੀ ਜੀਵਤ ਬਨਸਪਤੀਆਂ ਨੇ ਜੀਵ ਜੰਤੂ ਨੇ ਉਹਨਾਂ ਦੀ ਪਿੰਤਾ ਨੂੰ ਜਿਹੜਾ ਹੈ ਜੈਵਿਕ ਵਿਭਿੰਨਤਾ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਜੈਵਿਕ ਵਿਭਿੰਨਤਾ ਬਾਇਓ ਡਾਈਵਰਸਿਟੀ ਸ਼ਬਦ ਦੀ ਵਰਤੋਂ ਕਰਤੀ ਸੀ ਐਡਵਰਡ ਬਿਲਸਨ ਨੇ ਤਾਂ ਇਸ ਲਈ ਉਸ ਨੂੰ ਇਸ ਦਾ ਪਿਤਾਮਾ ਕਿਹਾ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਇਸ ਵਰਡ ਦੇ ਬਾਇਓ ਡਾਈਵਰਸਿਟੀ ਦਾ ਯੂਜ਼ ਕੀਤਾ ਸੀਗਾ ਐਡਵਰਡ ਬਿਲਸਨ ਨੇ ਤਾਂ ਜੈਵਿਕ ਵਿਪਿੰਤਾ ਤੋਂ ਪਾਵੇ ਜਿਹੜੀਆਂ ਚੀਜ਼ਾਂ ਜੀਵਤ ਨੇ ਤੇ ਉਹਨਾਂ ਵਿੱਚ ਜਿੰਨੇ ਵੀ ਡਿਫਰੈਂਸਿਸ ਨੇ ਠੀਕ ਹੈ ਜੀਵ ਜੰਤੂਆਂ ਦੀ ਵਿਪਿੰਤਾ ਜਿਹੜੀ ਹੈ ਬਨਸਪਤੀਆਂ ਦੀ ਵਿਪਿੰਤਾ ਹੈਗੀ ਆ ਉਸ ਨੂੰ ਅਸੀਂ ਕੀ ਕਹਿੰਦੇ ਆ ਫਲੋਰਾ ਫੋਨਾ ਦੀ ਜਿੰਨੀ ਵੀ ਵਿਪਿੰਤਾ ਹੈਗੀ ਆ ਉਸ ਨੂੰ ਅਸੀਂ ਕੀ ਕਹਿੰਦੇ ਹੈਗਾ ਜੈਵਿਕ ਵਿਪਿੰਤਾ ਸੋ ਜੈਵਿਕ ਵਿਪਿੰਤਾ ਦੇ ਮੁੱਖ ਕਾਰਨ ਉਹਨਾਂ ਦੀ ਵੰਸ਼ਗਤ ਪਰੰਪਰਾ ਪ੍ਰਜਾਤੀਆਂ ਵਾਤਾਵਰਣ ਪਰਸਤਿਤਿਕ ਤੰਤਰ ਹੁੰਦੇ ਨੇ ਹੁਣ ਦੇਖੋ ਜੈਵਿਕ ਵਿਪਿੰਤਾ ਕਿਉਂ ਹੁੰਦੀ ਆ ਇੰਨੀ ਸਾਰੀ ਬਾਇਓਡਾਈਵਰਸਟੀ ਕਿਉਂ ਆ ਹੁਣ ਆਪਾਂ ਸਾਰੇ ਸਿਮਿਲਰ ਕਿਉਂ ਨਹੀਂ ਆ ਸਾਰੇ ਫਲੋਰਾ ਸਾਰੇ ਫੋਨਾ ਜਿਹੜੇ ਨੇ ਸਿਮਿਲਰ ਕਿ ਸਿਮਿਲਰ ਕਿਉਂ ਨਹੀਂ ਹੈਗੇ ਆ ਜੀਵ ਜੰਤੂ ਸਿਮਿਲਰ ਕਿਉਂ ਨਹੀਂ ਹੈਗੇ ਸਾਰੇ ਇਨਸੈਕਟ ਇੱਕੋ ਜਿਹੇ ਕਿਉਂ ਨਹੀਂ ਹੈ ਕਿਉਂ ਕਿਉਂਕਿ ਅਨੁਵੰਸ਼ਿਕ ਸਵੰਸ ਬੰਤ ਹੈ ਕਿਉਂਕਿ ਆਪਾਂ ਦੇਖਦੇ ਆ ਕਿ ਹਰ ਮਨੁੱਖ ਇੱਕ ਦੂਜੇ ਤੋਂ ਅਲੱਗ-ਅਲੱਗ ਹੈ ਬੋਲਚਾਲ ਸੁਭਾ ਹਰੇਕ ਤੋਂ ਵੱਖਰਾ ਹੈ ਜੀਵ ਜੰਤੂ ਦੇ ਵਿੱਚ ਵੀ ਜਿਹੜਾ ਹੈ ਐਦਾਂ ਦੇ ਹੀ ਜਿਹੜੇ ਨੇ ਗੁਣ ਹੁੰਦੇ ਨੇ ਉਹ ਵੀ ਇੱਕ ਦੂਜੇ ਤੋਂ ਵੱਖਰੇ ਹੁੰਦੇ ਨੇ ਚਾਹੇ ਉਹ ਇੱਕ ਹੀ ਪ੍ਰਜਾਤੀ ਦੇ ਕਿਉਂ ਨਾ ਹੋਣ ਹੁਣ ਫੋਰ ਐਗਜ਼ਾਮਪਲ ਆਪਾਂ ਪੈਰਟ ਨੂੰ ਦੇਖਾਂਗੇ ਸਾਰੇ ਪੈਰਟ ਜਿਹੜੇ ਨੇ ਇੱਕ ਦੂਜੇ ਤੋਂ ਡਿਫਰੈਂਟ ਮਾਈਨਰ ਮੈਨਰ ਡਿਫਰੈਂਸ ਹੁੰਦਾ ਲੇਕਿਨ ਜਿਨ੍ਹਾਂ ਦੀ ਪਿੰਤਾ ਕਰਕੇ ਹੁੰਦਾ ਹੁਣ ਦੇਖੋ ਪਹਿਲਾਂ ਆਪਾਂ ਕੀ ਹੁੰਦੇ ਸੀਗੇ ਆਪਾਂ ਆਦੀ ਮਾਨਵ ਹੁੰਦੇ ਸੀਗੇ ਠੀਕ ਆ ਬਹੁਤ ਸਾਰੇ ਵਾਲ ਹੁੰਦੇ ਸੀ ਆਪਣੀ ਕਹੀ ਜਾਂਦੀ ਹੈ ਕਿ ਇੱਕ ਪੂੰਛ ਵੀ ਹੁੰਦੀ ਸੀ ਹੌਲੀ 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 ਹੋਰੀ ਆਪਣੇ ਵਿੱਚ ਸੁਧਾਰ ਆਇਆ ਤੇ ਹੁਣ ਆਪਾਂ ਦੇਖੋ ਕਿਹੜੇ ਮਾਡਰਨ ਲੈਵਲ ਦੇ ਉੱਤੇ ਆ ਤੇ ਆਪਾਂ ਸਾਰੇ ਜਣੇ ਆਪਣੇ ਆਪ ਨੂੰ ਹੋਰ ਵੀ ਸੋਨਾ ਬਣਾ ਕੇ ਰੱਖਦੇ ਹਣਾ ਤਾਂ ਐਦਾਂ ਹੀ ਜਿਹੜੇ ਅਨੁਵੰਸ਼ ਨੇ ਜੀਨ ਨੇ ਉਹ ਅਲੱਗ-ਅਲੱਗ ਅਲੱਗ-ਅਲੱਗ ਬਦਲਦੇ ਰਹਿੰਦੇ ਨੇ ਇਹ ਹੀ ਵਿਭਿੰਨਤਾ ਵਧੀਆਂ ਨਸਲਾਂ ਦੇ ਵਿਕਾਸ ਲਈ ਜ਼ਰੂਰੀ ਹੁੰਦੀ ਹੈ ਤਾਂ ਜਿਵੇਂ ਆਪਾਂ ਨਵੀਆਂ ਫਸਲਾਂ ਠੀਕ ਹੈ ਹੋਗਾ ਉਹਨੇ ਹਾਈਬ੍ਰਿਡ ਬੀਜ ਯੂਜ਼ ਕਰਦੀਆਂ ਤਾਂ ਉਹ ਵੀ ਚੰਗੀਆਂ ਆਗੇ ਨਸਲਾਂ ਜਿਹੜੀਆਂ ਨੇ ਵਿਕਸਿਤ ਜੀਵਾਂ ਦੀਆਂ ਵੀ ਓਦਾਂ ਹੀ ਕੀਤੀਆਂ ਜਾਂਦੀਆਂ ਨੇ ਸੋ ਤਾਂ ਕਰਕੇ ਅਨੁਵੰਸ਼ਿਕਤਾ ਵਨਸਵੰਤਾ ਜਿਹੜੀ ਹੈ ਪਾਈ ਜਾਂਦੀ ਹੈ Thank <laughs> you. ਪੜ ਜਾਂਦੀ ਵਿਭਿੰਤਾ ਹੁੰਦੀ ਹੈ ਹੁਣ ਵੱਖ-ਵੱਖ ਏਰੀਆ ਤੇ ਹੁਣ ਦੇਖੋ ਆਪਣੇ ਇੰਡੀਆ ਦੇ ਵਿੱਚ ਮਿਲਣ ਵਾਲੇ ਤੋਤੇ ਅਲੱਗ-ਕਿਸਮ ਦੇ ਹੁੰਦੇ ਨੇ ਤੁਸੀਂ ਕਿਸੇ ਹੋਰ ਕੰਟਰੀ 'ਚ ਜਾਓਗੇ ਉੱਥੇ ਕਿਸੇ ਹੋਰ ਤਰ੍ਹਾਂ ਦੇ ਤੁਹਾਨੂੰ ਤੋਤੇ ਮਿਲ ਜਾਣਗੇ ਇਹ ਤੋਂ ਕਹਿਣ ਦਾ ਮਤਲਬ ਕੀ ਹੈਗਾ ਚਿੜੀਆਂ ਆਪਣੇ ਕਿਸੇ ਹੋਰ ਕਲਰ ਦੀਆਂ ਤੇ ਕਿਸੇ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਹੋਰ ਕੰਟਰੀਸ 'ਚ ਤੁਸੀਂ ਜਾਓਗੇ ਤਾਂ ਹੋਰ ਤਰ੍ਹਾਂ ਦੇ ਜਿਹੜੇ ਹੈਗੇ ਨੇ ਤੁਹਾਨੂੰ ਇਨਸੈਕਟਸ ਤੇ ਬਰਡਸ ਨੇ ਚਿੜੀਆਂ ਵਗੈਰਾ ਨੇ ਮਿਲ ਜਾਣਗੇ ਹੈਨਾ ਤਾਂ ਕਈ ਖੇਤਰਾਂ ਵਿੱਚ ਵੱਖ-ਵੱਖ ਜੀਵ-ਜੰਤੂ ਅਤੇ ਬਨਸਪਤੀਆਂ ਦੀਆਂ ਜ਼ਿਆਦਾ ਕਿਸਮਾਂ ਪਾਈੁੰਦੀਆਂ ਨੇ ਕਈਆਂ 'ਚ ਘੱਟ ਪਾਈਆਂ ਜਾਂਦੀਆਂ ਨੇ ਜੇ ਆ ਇਥੇ ਬਹੁਤ ਸਾਰੀ ਫਲੋਰਾ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਨੇ ਫੋਨਾ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਨੇ ਮਤਲਬ ਕਿ ਬਨਸਪਤੀ ਵੀ ਬਹੁਤ ਤਰ੍ਹਾਂ ਦੀ ਮਿਲਦੀ ਹੈ ਤੇ ਜੀਵ ਜੰਤੂ ਵੀ ਬਹੁਤ ਸਾਰੇ ਕਿਸਮ ਦੇ ਮਿਲਦੇ ਨੇ ਅਫਰੀਕਾ ਅਤੇ ਅਮਾਜ਼ਨ ਨਦੀ ਦੇ ਭੂਮਦ ਖੇਤਰੀ ਸਦਾ ਬਹਾਰ ਜੰਗਲਾਂ ਵਿੱਚ ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਜੰਗਲਾਂ ਨਾਲੋਂ ਬਹੁਤ ਵਿਭਿੰਨਤਾ ਪਾਈ ਜਾਂਦੀ ਹੈ ਤਾਂ ਮਤਲਬ ਅਫਰੀਕਾ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਨੇ ਪ੍ਰਜਾਤੀਆਂ ਮਿਲਦੀਆਂ ਨੇ ਇਸ ਦਾ ਕਾਰਨ ਇਹ ਹੈ ਕਿ ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਜੰਗਲਾਂ ਦੀ ਖਟਾਈ ਹੋ ਗਈ ਹੈ ਤੇ ਖਟਾਈ ਕਿਉਂ ਹੋਈ ਹੈ ਖੇਤੀਬਾੜੀ ਕਰਕੇ ਸੋ ਇਸ ਕਰਕੇ ਉੱਥੇ ਜਿਹੜੇ ਨੇ ਜੀਵ ਜੰਤੂ ਜਿਹੜੇ ਨੇ ਘੱਟ ਮਿਲਦੇ ਨੇ ਲੇਕਿਨ ਜਿਹੜੇ ਅਫਰੀਕਾ ਦੇ ਵਿੱਚ ਜਿਹੜੇ ਨੇ ਬਹੁਤ ਜ਼ਿਆਦਾ ਮਿਲਦੇ ਨੇ ਆਪਾਂ ਇੰਡੀਆ ਦੀ ਵੀ ਗੱਲ ਕਰੀ ਤਾਂ ਇੱਥੇ ਵੀ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਪ੍ਰਜਾਤੀ ਵਿਭਿੰਨਤਾ ਪਾਈ ਜਾਂਦੀ ਹੈ ਤੇ ਪਰਸਥਿਤਿਕ ਤੰਤਰ ਦੀ ਵਿਪੇਨਤਾ ਹੁਣ ਧਰਤੀ ਤੇ ਵੱਖ-ਵੱਖ ਭੂਗੋਲਕ ਸਥਿਤੀਆਂ ਨੇ ਜੰਗਲ ਹੈ ਕਿਤੇ ਕਿਤੇ ਘਾਹ ਦੇ ਮੈਦਾਨੇ ਕਿਤੇ ਪਰਬਤ ਹੈ ਕਿਤੇ ਮਾਰੂਥਲ ਹੈ ਕਿਤੇ ਨਦੀਆਂ ਸਮੁੰਦਰ ਝੀਲਾਂ ਨੇ ਤਾਂ ਮਨੁੱਖ ਇਹਨਾਂ ਨਾਲ ਛੇੜਖਾਨੀ ਬਹੁਤੀ ਕਰਦਾ ਹੈ ਬਹੁਤ ਜ਼ਿਆਦਾ ਵਰਤੋਂ ਕਰਦਾ ਹੈ ਸ਼ੋਸ਼ਣ ਕਰਦਾ ਹੈ ਤੇ ਇਹਨਾਂ ਕਰਕੇ ਇਹਨਾਂ ਦਾ ਵਿਨਾਸ਼ ਹੋ ਗਿਆ ਕਿਸ ਦਾ ਵਿਨਾਸ਼ ਹੋ ਗਿਆ ਪਰਸਥਿਤਿਕ ਤੰਤਰ ਦਾ ਮਤਲਬ ਕਿ ਜਿਹੜੀ ਆਪਣੀ ਫੂਡ ਚੇਨ ਹੈ ਉਹ ਖਰਾਬ ਹੋ ਗਈ ਹੈ ਹੈਨਾ ਖਰਾਬ ਕਿੱਦਾਂ ਹੋ ਗਈ ਹੈ ਕਿ ਪਹਿਲਾਂ ਆਪਾਂ ਜਿਹੜੇ ਹੈਗੇ ਹਾਂ ਹੁਣ ਫੋਰ ਐਗਜ਼ਾਮਪਲ ਕਿ ਲਾਈਕ ਜਿਹੜੀ ਹੈਗੀ ਐ ਬੱਕਰੀ ਐ ਠੀਕ ਐ ਉਹ ਕਿਸ ਤੇ ਡਿਪੈਂਡ ਐ ਘਾਹ ਦੇ ਉੱਤੇ ਡਿਪੈਂਡ ਐ ਠੀਕ ਐ ਤੇ ਬੱਕਰੀ ਦੇ ਉੱਤੇ ਕੌਣ ਡਿਪੈਂਡ ਹੈਗਾ ਛੇੜ ਡਿਪੈਂਡ ਐ ਹੈਨਾ ਤਾਂ ਐਦਾਂ ਜਿਹੜਾ ਹੈ ਫੂਡ ਚੇਨ ਆਪਣੀ ਚੱਲਦੀ ਰਹਿੰਦੀ ਐ ਹੁਣ ਇਹ ਸਾਰਾ ਮਨੁੱਖ ਦੇ ਛੇੜਖਾਨੀਆਂ ਦੇ ਨਾਲ ਸ਼ੋਸ਼ਣ ਕਰਨ ਦੇ ਨਾਲ ਇਹ ਸਭ ਕੁਝ ਖਰਾਬ ਹੋ ਗਿਆ ਕੁਦਰਤੀ ਚੀਜ਼ਾਂ ਨਸ਼ਟ ਹੋ ਰਹੀਆਂ ਨੇ ਬੰਨਾਂ ਦੇ ਉੱਤੇ ਡੈਮਾਂ ਦੇ ਉੱਤੇ ਵੀ ਜਿਹੜਾ ਹੈ ਜਿਹੜਾ ਹੈ ਇਸ ਨਾਲ ਚੀਜ਼ਾਂ ਦੇ ਨਾਲ ਵੀ ਬਹੁਤ ਜ਼ਿਆਦਾ ਮਾੜਾ ਅਸਰ ਪਿਆ ਕਿਉਂਕਿ ਆਪਾਂ ਪਾਣੀ ਦੇ ਫਲੋ ਨੂੰ ਰੋਕ ਕੇ ਉਤੇ ਬੰਨ ਬਣਾ ਦਿੱਤੇ ਨੇ ਡੈਮ ਬਣਾ ਦਿੱਤੇ ਨੇ ਇਹਦੇ ਨਾਲ ਵੀ ਜਿਹੜਾ ਹੈ ਕੁਦਰਤੀ ਰਿਸੋਰਸਸ ਖਰਾਬ ਹੋ ਰਹੇ ਨੇ ਤਾਂ ਸਾਡੇ ਦੇਸ਼ ਵਿੱਚ ਵੱਖ-ਵੱਖ ਕਿਸਮ ਦੇ ਜਲਵਾਯੂ ਤ੍ਰਾਤਲ ਅਤੇ ਮਿੱਟੀ ਪਾਈ ਜਾਂਦੀ ਹੈ ਮੈਂ ਹੁਣੇ ਦੱਸ ਕਿਹਾ ਕਿ ਆਪਣੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਬਾਇਓ ਡਾਈਵਰਸਿਟੀ ਪਾਈ ਜਾਂਦੀ ਹੈ ਕਿਉਂਕਿ ਇੱਥੇ ਜੀਵ ਵਿਭਿੰਨਤਾ ਹੀ ਬਹੁਤ ਹੈਗੀ ਹੈ ਬਹੁਤ ਤਰ੍ਹਾਂ ਦੇ ਜੀਵ ਮਿਲਦੇ ਨੇ ਉਹਨਾਂ ਦੀ ਵੈਰਾਈਟੀ ਵੀ ਬਹੁਤ ਸਪੀਸੀਜ਼ ਬਹੁਤ ਜ਼ਿਆਦਾ ਮਿਲਦੀਆਂ ਨੇ ਤਾਂ ਭਾਰਤ ਸੰਸਾਰ ਦੇ ਉਹਨਾਂ ਦੇਸ਼ਾਂ 'ਚ ਸ਼ਾਮਲ ਹੈ ਜਿੱ ਤਾਂ ਯਾਨਕੀ ਬਾਇਓਡਾਈਵਰਸਿਟੀ ਬਹੁਤ ਜ਼ਿਆਦਾ ਹੈ ਹੁਣ ਜੈਵਿਕ ਵਿਭਿੰਨਤਾ ਯਾਨਕੀ ਬਾਇਓਡਾਈਵਰਸਿਟੀ ਦੀ ਇੰਪੋਰਟੈਂਸ ਮਹੱਤਵਕੀ ਹੈ ਹਰ ਜੀਵਨ ਸੌਰੀ ਹਰ ਜੀਵ ਦਾ ਭੋਜਨ ਲੜੀ ਅਤੇ ਵਾਤਾਵਰਣ ਚ ਆਪਣਾ ਮਹੱਤਵ ਹੁੰਦਾ ਹੈ ਹਰੇਕ ਆਪਾਂ ਨੂੰ ਜੀਵ ਜੰਤੂ ਚਾਹੀਦਾ ਹੁੰਦਾ ਹੈ ਜੇ ਆਪਾਂ ਕਹੀਏ ਕਿ ਆਪਾਂ ਨੂੰ ਖਾਣ ਹੀ ਚਾਹੀਦਾ ਹੈਗਾ ਤਾਂ ਖਾ ਦੇ ਉੱਤੇ ਸਰਵਾਈਵ ਕਰਨ ਵਾਲੇ ਵੀ ਮਰ ਜਾਣਗੇ ਤੇ ਜੇ ਉਹ ਮੰਨਣਗੇ ਤਾਂ ਉਹਨਾਂ ਤੇ ਸਰਵਾਈਵ ਕਰਨ ਵਾਲੇ ਵੀ ਮਰ ਜਾਣਗੇ ਤਾਂ ਕਹਿਣ ਦਾ ਮਤਲਬ ਕਿ ਫੂਡ 체ਨ ਦੇ ਵਿੱਚ ਸਾਰੇ ਹੀ ਜੀਵ ਜੰਤੂ ਤੇ ਸਾਰੀ ਤਰ੍ਹਾਂ ਦੀਆਂ ਬਨਸਪਤੀਆਂ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਬਨਸਪਤੀਆਂ ਵੱਖ-ਵੱਖ ਲੀਆਂ ਕਿਸਮਾਂ ਸਾਨੂੰ ਆਕਸੀਜਨ ਭੋਜਨ ਲੱਕੜੀ ਜੜੀ ਬੂਟੀਆਂ ਦੀ ਪ੍ਰਦਾਨ ਕਰਦੀਆਂ ਨੇ ਭੂਖੋਂ ਨੂੰ ਰੋਕਦੀਆਂ ਨੇ ਠੀਕ ਹੈ ਸੋਇਲ ਰੋਜ਼ ਨੂੰ ਰੋਕਦੀਆਂ ਨੇ ਮਿੱਟੀ ਨੂੰ ਰੁੜਣ ਤੋਂ ਬਚਾਉਂਦੀਆਂ ਨੇ ਤੇ ਕੁਝ ਜਨਜਾਤੀਆਂ ਜਿਹੜੇ ਆਪਣੇ ਟ੍ਰਾਈਬਲ ਕਮਿਊਨਿਟੀਆਂ ਨੇ ਉਹ ਵੀ ਜੰਗਲਾਂ ਦੇ ਨਾਲ ਜੁੜੇ ਹੋਏ ਹੁੰਦੇ ਨੇ ਜਦੋਂ ਅਸੀਂ ਜੰਗਲ ਕੱਟਦੇ ਹਾਂ ਜਾਨਵਰਾਂ ਦਾ ਸ਼ਿਕਾਰ ਕਰਦੇ ਹਾਂ ਤਾਂ ਕਾਫੀ ਸਾਰੀਆਂ ਜਾਤੀਆਂ ਦਾ ਜਿਹੜਾ ਹੈ ਘਾਟ ਹੋ ਰਹੀ ਹੈ ਤੇ ਇਸੇ ਕਰਕੇ ਜਿਹੜਾ ਹੈ ਨਸ਼ਟ ਹੋਣ ਦੇ ਕਰਕੇ ਜਿਹੜਾ ਹੈ ਜੈਵਿਕ ਵਿਭਿੰਨਤਾ ਸਾਡਾ ਜੀਵਨ ਵੀ ਇਸ ਤਰ੍ਹਾਂ ਨਸ਼ਟ ਹੋ ਜਾਏਗਾ ਹੁਣ ਤੁਸੀਂ ਇਹ ਦੇਖੋ ਕਿ ਕਾਫੀ ਸਾਰੇ ਜੀਵ ਜੰਤੂ ਖਤਰੇ 'ਚ ਨੇ ਕਾਫੀ ਸਾਰੇ ਜੀਵ ਜੰਤੂ ਅਲੋਪ ਹੀ ਹੋ ਗਏ ਨੇ ਸੋ ਅਗਰ ਅਸੀਂ ਦੇਖੋ ਜੈਵਿਕ ਵਿਭਿੰਨਤਾ ਨੂੰ ਨਸ਼ਟ ਕਰਾਂਗੇ ਤਾਂ ਸਾਡਾ ਵੀ ਜਿਹੜਾ ਹੈ ਜੀਵਨ ਨਸ਼ਟ ਹੋ ਜਾਏਗਾ ਬਹੁਤ ਸਾਰੇ ਪ੍ਰਕਾਰ ਦੇ ਜਿਹੜੇ ਜੀਵ ਜੰਤੂ ਹੈ ਮਰ ਜਾਣਗੇ ਤਾਂ ਇਸੇ ਸੰਭਾਲ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਸਾਰੇ ਨੁਕਤੇ ਸਮਝਣੇ ਜ਼ਰੂਰੀ ਨੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੇ ਜੀਵ ਜੰਤੂ ਅਲੋਪ ਹੋ ਗਏ ਨੇ ਕਿਹੜੇ ਅਲੋਪ ਹੋਣ ਦੇ ਕਿਨਾਰੇ ਨੇ ਫਾਈਨ ਸੋ ਖਪਾਤੀ ਦ੍ਰਿਸ਼ਟੀ ਤੋਂ ਮਹੱਤਵ ਹੁਣ ਦੇਖੋ ਜੈਵਿਕ ਵਿਪਿੰਦਤਾ ਨਹੀਂ ਸਾਨੂੰ ਆਪਣੀ ਖਪਤ ਲਈ ਬਹੁਤ ਕੁਝ ਪ੍ਰਾਪਤ ਹੁੰਦਾ ਜਿਵੇਂ ਹਰੇ ਪੌਦ ਹਰੇ ਪੌਦੇ ਜਿਹੜੇ ਨੇ ਪੋਸ਼ਨ ਬਣਾਉਂਦੀ ਫੈਕਟਰੀ ਨੇ ਪ੍ਰਾਇਮਰੀ ਜਿਹੜੇ ਨੇ ਇਹ ਆਉਂਦੇ ਨੇ ਫੂਡ ਚੇਨ ਦੇ ਵਿੱਚ ਇਹ ਸਾਨੂੰ ਅਨਾਜ ਦਾਲਾਂ ਸਬਜ਼ੀਆਂ ਫਲ ਬੀਜ ਆਦੀ ਪ੍ਰਦਾਨ ਕਰਦੇ ਨੇ ਪਸ਼ੂਆਂ ਲਈ ਚਾਰਾ ਦਾਣਾ ਪੱਠਾ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ ਹੈਨਾ ਤੇ ਜੇ ਤੁਸੀਂ ਆਪਾਂ ਸੋਚੀਏ ਕਿ ਜਿਹੜੀਆਂ ਮੁਰਗੀਆਂ ਨੇ ਉਹ ਵੀ ਘਾ ਦੇ ਉੱਤੇ ਡਿਪੈਂਡ ਨੇ ਹੈਨਾ ਹਰੇ ਪੌਦਿਆਂ ਤੇ ਡਿਪੈਂਡ ਨੇ ਫੇਰ ਉਹ ਐਗ ਦਿੰਦੀਆਂ ਨੇ ਐਗ ਨੂੰ ਕੀ ਹੈਗਾ ਬਹੁਤ ਸਾਰੀ ਚੀਜ਼ਾਂ ਚ ਯੂਜ਼ ਕਰਦੇ ਆਪਾਂ ਹੈਨਾ ਸੋਈ ਚੀਜ਼ ਤਾਂ ਜਾਨਵਰ ਤੋਂ ਸਾਨੂੰ ਦੁੱਧ ਮਾਸ ਮੱਛੀ ਆਂਡੇ ਦੇ ਰੂਪ ਦੇ ਵਿੱਚ ਭੋਜਨ ਮਿਲਦਾ ਹੈ ਤਾਂ ਮੇਨ ਬੇਸ ਜਿਹੜਾ ਹੈ ਆਪਾਂ ਕਹੀਏ ਪ੍ਰਾਇਮਰੀ ਜਿਹੜਾ ਹੈ ਉਹ ਕੌਣ ਨੇ ਹਰੇ ਪੌਤੇ ਦਵਾਈਆਂ ਉਸ ਤੋਂ ਅਗਿਆ ਆਯੁਰਵੇਦ ਦਵਾਈ ਪ੍ਰਣਾਲੀ ਪੂਰੇ ਤਰ੍ਹਾਂ ਪੌਦਿਆਂ ਤੋਂ ਤੇ ਡਿਪੈਂਡਡ ਜੜੀ ਬੂਟੀਆਂ ਤੇ ਡਿਪੈਂਡ ਹੈ ਕਈ ਪ੍ਰਕਾਰ ਦੀਆਂ ਅੰਗਰੇਜ਼ੀ ਦਵਾਈਆਂ ਪੌਦਿਆਂ ਤੋਂ ਹੀ ਜੜੀਆਂ ਨੇ ਹਾਸਲ ਹੁੰਦੀਆਂ ਜਿਵੇਂ ਕਿ ਕਨੀਨ ਮੋਰਫੀਨ ਦੇਸੀ ਦਵਾਈਆਂ ਚ ਤੁਲਸੀ ਲੌਂਗ ਨਿੰਮ ਵਗੈਰਾ ਯੂਜ਼ ਹੁੰਦਾ ਹੈ ਇਲਾਇਚੀ ਸੌਫ ਪਦੀਨਾ ਆਲੇ ਬੇੜੇ ਹਰੜ ਵਗੈਰਾ ਯੂਜ਼ ਹੁੰਦਾ ਤੇ ਕਈ ਤਰ੍ਹਾਂ ਦੀਆਂ ਜੀਵਨ ਰੱਖਕ ਜੜੀਆਂ ਦਵਾਈਆਂ ਨੇ ਪੈਨਸਿਲਿਨ ਫਫੂੰਦੀ ਬੈਕਟੀਰੀਆ ਤੇ ਹੋਰ ਸੂਖਮ ਜੀਵਾ ਤੋਂ ਪ੍ਰਾਪਤ ਹੁੰਦੀਆਂ ਰੋਗਾਂ ਨੂੰ ਵਿਰੋਧੀ ਐਂਟਿਬਾਇਓਟਿਕ ਜਿਹੜੀਆਂ ਦਵਾਈਆਂ ਨੇ ਅਤੇ ਤਾਕਤ ਦੀਆਂ ਦਵਾਈਆਂ ਨੇ ਉਹ ਵੀ ਸਾਨੂੰ ਬਹੁਤ ਸਾਰੇ ਪੌਦਿਆਂ ਤੋਂ ਜੀਵਾਂ ਤੋਂ ਪ੍ਰਾਪਤ ਹੁੰਦੀਆਂ ਹੁਣ ਫੋਰ ਐਗਜ਼ਾਮਪਲ ਮੱਛੀ ਤੋਂ ਵੀ ਕਾਫੀ ਮੱਛੀ ਦੇ ਆਇਲ ਤੋਂ ਵੀ ਕਾਫੀ ਸਰੀਆਂ ਦਵਾਈਆਂ ਮਿਲਦੀਆਂ ਨੇ ਠੀਕ ਹੈ ਸਨੇਕ ਦੇ ਜ਼ਹਿਰ ਤੋਂ ਵੀ ਕਾਫੀ ਸਰੀਆਂ ਦਵਾਈਆਂ ਜਿਹੜੀਆਂ ਨੇ ਮਿਲਦੀਆਂ ਨੇ ਸੋ ਕਹਿਣ ਦਾ ਮਤਲਬ ਕੀ ਹੈ ਕਿ ਆਪਾਂ ਡਾਇਰੈਕਟਲੀ ਇੰਟਰੈਕਟਿਵ ਜਿਹੜਾ ਹੈਗਾ ਪੌਦਿਆਂ ਦੇ ਉੱਤੇ ਜੀਵ ਜੰਤੂਆਂ ਤੇ ਡਿਪੈਂਡੈਂਟ ਹੈ ਸੋ ਤਾਂ ਕਰਕੇ ਵੀ ਬਾਇਓਡਾਇਵਰਸਿਟੀ ਦਾ ਮਹੱਤਵ ਜਿਹੜਾ ਹੈ ਬਹੁਤ ਜ਼ਿਆਦਾ ਹੈ ਜਾਨਵਰਤ ਉਤਪਾਦ ਹੁਣ ਦੇਖੋ ਚਮੜਾ ਆਪਾਂ ਜਾਨਵਰਤੋਂ ਲੈਨੇ ਹਾਂ ਉਨਾਂ ਹਾਥੀ ਦੇ ਦੰਦ ਹੋ ਗਏ ਰੇਸ਼ਮ ਲਾਕ ਕਈ ਤਰ੍ਹਾਂ ਦੇ ਖੰਭ ਜਿਹੜੇ ਨੇ ਜਿਹੜੇ ਆਪਾਂ ਮੋਰ ਵਗੈਰਾ ਦੇ ਖੰਭ ਯੂਜ਼ ਕਰਦੇ ਹਾਂ ਘਰ ਦੇ ਵਿੱਚ ਹਨਾ ਤਾਂ ਇਹ ਜਾਨਵਰਤੋਂ ਪ੍ਰਾਪਤ ਹੁੰਦੇ ਨੇ ਬਹੁਤ ਸਾਰੇ ਸੁੰਦਰਤਾ ਦੇ ਸਮਾਨ ਦੇਖੋ ਫੋਰ ਐਗਜ਼ਾਮਪਲ ਆਪਾਂ ਪਰਫਿਊਮ ਯੂਜ਼ ਕਰਦੇ ਹਾਂ ਫਲਾਰ ਫ੍ਰੈਗਰੈਂਸ ਤੋਂ ਮੰਨ ਸ਼ੈਂਪੂ ਜਿਹੜੇ ਹਨਾਂ ਚ ਵੀ ਫ੍ਰੈਗਰੈਂਸ ਪੈਂਦੀ ਹੈ ਤਾ کافی ਸਾਰੀਆਂ ਚੀਜ਼ਾਂ ਜਾਨਵਰਾਂ ਤੋਂ کافی ਸਾਰੀਆਂ ਫੁੱਲ ਫਲਾਂ ਤੋਂ ਠੀਕ ਹੈ ਆਪਾਂ ਯੂਜ਼ ਕਰਦੇ ਹਾਂ ਸੋ ਜਾਨਵਰਾਂ ਦੀ ਜਾਤਾਂ ਤੋਂ ਆਪਾਂ ਜੈਕਟਸ ਵਗੈਰਾ ਬਣਾਉਂਦੇ ਹਾਂ ਹਨਾ ਚਮੜੀ ਆਦੀ ਤੋਂ ਪਰਸ ਵਗੈਰਾ ਬਣਾਉਂਦੇ ਆ ਜੁੱਤੀਆਂ ਵਗੈਰਾ ਬਣਾਈਆਂ ਜਾਂਦੀਆਂ ਨੇ ਸੋ ਜੇ ਆਪਾਂ ਉਤਪਾਦਨ ਦੀ ਹੁਣ ਪਹਿਲਾਂ ਆਪਾਂ ਨੇ ਦੇਖਿਆ ਖਪਤ ਦੀ દ੍ਰਿਸ਼ਟੀ ਤੋਂ ਵੀ ਅਸੀਂ ਕੰਜ਼ਿਊਮ ਦੀ ਦ੍ਰਿਸ਼ਟੀ ਤੋਂ ਦੇਖ ਰਹੇ ਹਾਂ ਇਸ ਨੂੰ ਕਿ ਕੰਜ਼ਪਸ਼ਨ ਕਿਦਾਂ ਆਪਾਂ ਭੋਜਨ ਦੇ ਰੂਪ ਚ ਖਾਣੇ ਆ ਦਵਾਈਆਂ ਦੇ ਰੂਪ ਚ ਖਾਣੇ ਆ ਜਾਨਵਰ ਦੇ ਉਤਪਾਦਨ ਜੋ ਵੀ ਉਤਪਾਦਨ ਦੇ ਨੇ ਉਹਨਾਂ ਦੇ ਰੂਪ ਚ ਖਾਣੇ ਆ ਹੁਣ ਜੇ ਆਪਾਂ ਕਹੀਏ ਉਤਪਾਦਨ ਦੀ दृष्टि ਤੋਂ ਕੀ ਮਹੱਤਵ ਹੈ ਬਾਜ਼ਾਰੀ ਕਰਨ ਜਾਂ ਵੇਚਣ ਲਈ ਵੀ ਪੌਦਿਆਂ ਤੇ ਜੀਵਾਂ ਦਾ ਵਪਾਰ ਕੀਤਾ ਜਾਂਦਾ ਹੈ ਜਾਨਵਰਾਂ ਦੀਆਂ ਨਵੀਆਂ नस्ਲਾਂ ਦਾ ਵਿਕਾਸ ਕੀਤਾ ਜਾਂਦਾ ਮਿਸ਼ਰਤ नस्ਲਾਂ ਹਵੇਸ਼ਾ ਵਧੀਆ ਹੁੰਦੀਆਂ ਨੇ ਤਾਕਤਵਰ ਹੁੰਦੀਆਂ ਨੇ ਤਾਂ ਮਿਕਸਡ ਬਰੀਡ ਜਿਹੜੀ ਆ ਬਣਾਈ ਜਾਂਦੀ ਹੈ ਵਧੀਆ ਕਿਸਮ ਦੀਆਂ नस्ਲਾਂ ਤੋਂ ਨਵੀਆਂ नस्ਲਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਪੌਦਿਆਂ ਤੇ ਫਸਲਾਂ ਦਾ ਵਿਕਾਸ ਜੀਵ ਵਿਭਿੰਨਤਾ ਨੂੰ ਨਵੀਂ ਕਿਸਮ ਦੀਆਂ ਫਸਲਾਂ ਫੁੱਲਾਂ ਆਦਿ ਦੇ ਵਿਕਾਸ ਲਈ ਵਰਤਿਆ ਜਾਂਦਾ ਹੈ ਨਾ ਜੀਵ ਤਕਨੀਕ ਵਿਗਿਆਨਕਾਂ ਨੇ ਜੰਗਲ ਬਰਜਾਤੀਆਂ ਤੋਂ ਨਵੀਂ ਤਰ੍ਹਾਂ ਦੀਆਂ ਫਸਲਾਂ ਦਾ ਵਿਕਾਸ ਕੀਤਾ ਹੈ ਤੇ ਜਿਹੜੀਆਂ ਬਿਮਾਰੀਆਂ ਨੂੰ ਵੀ ਚੱਲ ਸਕਦੀਆਂ ਨੇ ਪੁਰਾਣੇ ਵਾਲੀਆਂ ਆਪਣੀਆਂ ਫਸਲਾਂ ਬਿਮਾਰੀਆਂ ਚੱਲ ਨਹੀਂ ਸੀ ਸਕਦੀਆਂ ਤਾਂ ਇਹਨਾਂ ਦਾ ਵਿਕਾਸ ਬਾਇਓਡਾਈਵਰਸਿਟੀ ਦੇ ਵਿੱਚ ਜਿਹੜਾ ਹੈ ਹੋ ਰਿਹਾ ਹੈ ਦਵਾਈਆਂ ਦਾ ਵਿਕਾਸ ਹੋ ਰਿਹਾ ਹੈ ਤਾਂ ਹੁਣ ਜਿਹੜੀਆਂ ਦਵਾਈਆਂ ਨੇ ਆਪਣੀਆਂ ਰੋਗ ਵਿਰੋਧੀ ਨੇ ਐਂਟੀਬਾਇਓਟਿਕ ਨੇ ਠੀਕ ਹੈ ਜੀਵਨ ਦੀ ਰੱਖਿਆ ਕਰਦੀਆਂ ਨੇ ਫੁੱਲ ਬੂਟੇ ਜਿਹੜੀ ਬੁੱਟੀਆਂ ਬੈਕਟੀਰੀਆ ਦੀ ਹੋਰ ਜੀਵਾਂ ਤੋਂ ਵੀ ਕਈ ਤਰ੍ਹਾਂ ਦੀਆਂ ਔਸ਼ਧੀਆਂ ਜਿਹੜੀਆਂ ਨੇ ਮਿਲਦੀਆਂ ਨੇ ਕੱਚਾ ਮਾਲ ਜਿਹੜਾ ਹੈ ਉਹ ਵੀ ਸਾਨੂੰ ਪੌਦਿਆਂ ਤੋਂ ਮਿਲਦਾ ਠੀਕ ਹੈ ਜਾਨਵਰਾਂ ਤੋਂ ਵੀ ਮਿਲਦਾ ਸੋ ਲੱਕੜੀ ਲਾਖ ਰਬੜ ਰੇਸ਼ਮ ਕਾ ਪੱਤੇ ਆਦੀ ਵਸਤਾਂ ਕੱਚੇ ਮਾਲ ਦੇ ਰੂਪ ਵਿੱਚ ਪ੍ਰਾਪਤ ਹੁੰਦੀਆਂ ਨੇ ਜੋ ਕਿ ਸਾਡੀ ਆਰਥਿਕਤਾ ਤੇ ਵਧੀਆ ਯੋਗਦਾਨ ਪਾਉਂਦੀਆਂ ਨੇ ਵਾਤਾਵਰਣ ਸੰਬੰਧੀ ਉਪਯੋਗ ਕੀ ਹੈ ਤਾਂ ਹੁਣ ਦੇਖੋ ਜੈਵਿਕ ਜਿਹੜੀ ਵਿਭਿੰਨਤਾ ਹੈਗੀ ਹੈ ਬਾਇਓਡਾਈਵਰਸਿਟੀ ਹੈ ਮਿੱਟੀ ਦੀ ਊਰਜਾ ਸ਼ਕ ਭੂਮੀ ਵਿੱਚਲੇ ਬੈਕਟੀਰੀਆ ਨਾਈਟrogen ਦੀ ਘਾਟ ਨੂੰ ਪੂਰਾ ਕਰਦੇ ਨੇ ਰੁੱਖ ਬੂਟੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਘਟਾਉਂਦੇ ਨੇ ਅਗਰ ਰੁੱਖ ਹੋਣਗੇ ਠੀਕ ਹੈ ਬੂਟੇ ਹੋਣਗੇ ਤਾਂ ਆਬਵੀਅਸਲੀ ਪ੍ਰਦੂਸ਼ਣ ਘਟ ਹੋਏਗਾ ਹੜ੍ਹਾਂ ਨੂੰ ਰੋਕਣ ਲਈ ਜੈਵਿਕ ਵਿਭਿੰਨਤਾ ਜਿਹੜੀ ਹੈ ਮੇਨ ਉਹ ਭੂਮਿਕਾ ਨਿਭਾਉਂਦੀ ਹੈ ਵਰਖਾ ਲੈ ਆਉਣ ਦੇ ਵਿੱਚ ਭੂਮਿਕਾ ਨਿਭਾਉਂਦੀ ਹੈ ਵਾਤਾਵਰਣ ਬੈਲੈਂਸ ਕਰਨ ਸੰਤੋਲ ਕਰਨ 'ਚ ਸਹਾਇਕ ਹੁੰਦੀ ਹੈ ਨੈਤਿਕ ਮਹੱਤਵ ਤਾਂ ਇਹਦਾ ਨੈਤਿਕ ਮਹੱਤਵ ਕੀ ਹੈ ਕਿ ਆਪਾਂ ਫੋਰ ਐਗਜ਼ਾਮਪਲ ਤુલਸੀ ਦੀ ਪੂਜਾ ਕਰਦੇ ਆ ਨਿੰਮ ਦੀ ਪੀਪਲ ਦੀ ਪੂਜਾ ਕਰਦੇ ਹਣਾ ਤਾਂ ਬਹੁਤ ਸਾਰੇ ਧਰਮਾਂ ਦੇ ਵਿੱਚ ਬਨਸਪਤੀ ਅਤੇ ਜੀਵਨ ਦਾ ਸਤਿਕਾਰ ਕੀਤਾ ਜਾਂਦਾ ਹੈ ਭਾਰਤ ਵਿੱਚ ਤਾਂ ਕਈ ਜੀਵ ਜੰਤੂਆਂ ਨੂੰ ਪੌਦਿਆਂ ਨੂੰ ਪਵਿੱਤਰ ਸਮਝ ਕੇ ਪੂਜਦੇ ਆਪਾਂ ਠੀਕ ਹੈ ਅਸੀਂ ਸਾਰੇ ਇੱਕੋ ਪਿਤਾ ਪਰਮਾਤਮਾ ਦੇ ਅੰਸ਼ਾ ਸਾਰੇ ਨੂੰ ਜੀਵਨ ਜਿਉਣ ਦਾ ਪੂਰਾ ਅਧਿਕਾਰ ਹੈ ਅਸੀਂ ਇਸ ਚੀਜ਼ ਦੇ ਉੱਤੇ ਜਿਹੜਾ ਹੈ ਫੋਕਸ ਕਰਦੇ ਹਾਂ ਪੀਪਲ ਬੋਰਡ ਤੁਲਸੀ ਦੇ ਪੌਦੇ ਪੂਜੇ ਜਾਂਦੇ ਨੇ ਗਊ ਮਾਤਾ ਨੂੰ ਸਤਾਨ ਆਪਾ ਜਿਹੜਾ ਉੱਚਾ ਦੰਨੇ ਆ ਗਰਡ ਹੰਸ ਕਮਲ ਫੁੱਲ ਚੰਦਨਾ ਦੀ ਨੂੰ ਵੀ ਸਤਿਕਾਰਯੋਗ ਥਾਂ ਦੰਨੇ ਆ ਤਾਂ ਇੱਕ ਬੇਸਿਕਲੀ ਨੈਤਿਕ ਮਹੱਤਵ ਵੀ ਹੈ ਬਾਇਓ ਡਾਈਵਰਸਿਟੀ ਦਾ ਠੀਕ ਹੈ ਤਾਂ ਇਸ ਕਰਕੇ ਜਿਹੜਾ ਹੈ ਅਗਰ ਅਸੀਂ ਆਪਣੇ ਮਨੋਰੰਜਨ ਕਰਕੇ ਜੀਵ ਜੰਤੂ ਨਸ਼ਟ ਕਰ ਰਹੇ ਹਾਂ ਤੇ ਇਹ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਸਮਾਜਿਕ ਮਹੱਤਵ ਕੀ ਹੈ ਤਾ ਕਈ ਲੋਕ ਕੀ ਹੈਗਾ ਸਾਡੇ ਪੁਰਾਣੇ ਲੋਕ ਜੇ ਆਪਾਂ ਲਈਏ ਤਾਂ ਪੁਰਾਣੇ ਲੋਕ ਜਿਹੜੇ ਨੇ ਜਾਨਵਰ ਤੇ ਪੌਦੇ ਨਾਲ ਪਿਆਰ ਕਰਕੇ ਉਹਨਾਂ ਨਾਲ ਰਿਸ਼ਤੇ ਜੋੜਦੇ ਸੀ ਕਿਉਂਕਿ ਪਹਿਲਾਂ ਆਬਾਦੀ ਘੱਟ ਸੀ ਜੀਵਨ ਲੋਕਾਂ ਦਾ ਸਰਲ ਸੀ ਕੁਦਰਤੀ ਉਤਪਾਦਨਾਂ ਦੀ ਸਾਧਨਾ ਸਾਧਨਾ ਦੀ ਵਰਤੋਂ ਤੇ ਵੀ ਉਹ ਜਾਇਜ਼ ਜਿਹੜੀ ਸੀ ਕਰਦੇ ਹੁੰਦੇ ਸੀ ਮਤਲਬ ਜਿੰਨਾ ਕਿ ਉਹ ਲਿਮਟਿਡ ਉਹ ਯੂਜ਼ ਕਰਦੇ ਹੁੰਦੇ ਸੀ ਇੰਨਾ ਵੇਸਟ ਨਹੀਂ ਸੀ ਕਰਦੇ ਜਿੰਨਾ ਕਿ ਹੁਣ ਆਪਾਂ ਲੋਕ ਵੇਸਟ ਕਰਦੇ ਆਂ ਚੀਜ਼ਾਂ ਨੂੰ ਤਾਂ ਉਹ ਮਿੱਟੀ ਨੂੰ ਪਲੀਥ ਹੋਣ ਤੋਂ ਬਚਾਉਂਦੇ ਸੀ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਸੀ ਪਾਣੀ ਨੂੰ ਹਨਾ ਤਾਂ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਉਹ ਕਰਦੇ ਹੁੰਦੇ ਸੀ ਪਰ ਹੁਣ ਕੀ ਹੋ ਗਿਆ ਆਦ ਨਹੀਂ ਕੀ ਕਰਨ ਮੋਡਰਨਾਈਜੇਸ਼ਨ ਹੋ ਗਿਆ ਸ਼ਹਿਰੀਕਰਨ ਹੋ ਗਿਆ ਸੋ ਵਿੱਚ ਸਪੋਰਟ ਹੋ ਰਿਹਾ ਹੈ ਉਯੋਗੀਕਰਨ ਹੋ ਰਿਹਾ ਹੈ ਸੁਕਸਾਰਨਾ ਦੀ ਹੋਰਚ ਜਿਹੜਾ ਹੈ ਆਪਾਂ ਇਹਨਾਂ ਨੂੰ ਨਸ਼ਟ ਕਰ ਰਿਹਾ ਮਨੁੱਖ ਜਿਹੜਾ ਹੈ ਵਾਤਾਵਰਣ ਨੂੰ ਜੈਵਿਕ ਵਿਪਿੰਦਾਂ ਨੂੰ ਨਸ਼ਟ ਕਰ ਰਿਹਾ ਕੁਦਰਤੀ ਸੰਤੁਲਨ ਨੂੰ ਨਾਸ਼ ਕਰ ਰਿਹਾ ਤੇ ਹੁਣ ਆਪਣਾ ਰੁੱਖਾਂ ਦੇ ਨਾਲ ਜਾਂ ਬਾਕੀ ਜੀਵ ਜੰਤੂਆਂ ਦੇ ਨਾਲ ਉਹ ਸਾਹ ਨਹੀਂ ਰਹੀ ਜਿਹੜੀ ਪਹਿਲਾਂ ਵਰਗੀ ਸੀ ਤਾਂ ਪਹਿਲਾਂ ਤਾਂ ਇਹਨਾਂ ਨੂੰ ਅਸੀਂ ਪੂਜਾ ਵੀ ਕਰਦੇ ਸੀ ਹਨਾ ਜਿੰਨੇ ਪਸ਼ੂ ਹੁੰਦੇ ਸੀ ਐਦਾਂ ਹੁੰਦਾ ਸੀ ਕਿ ਅਸੀਂ ਉਹਨੇ ਹੀ ਤਾਂ ਦੇ ਮਾਲਕ ਹੁਣੀ ਸਾਡੀ ਜਿਹੜੀ ਇਹ ਸੰਪਤੀ ਹੈ ਜੇ ਤੁਹਾਡੇ ਕੋਲੇ ਬਾਗ ਨੇ ਫੁੱਲਾਂ ਦੇ ਫਲਾਂ ਦੇ ਤਾਂ ਉਹਨੇ ਹੀ ਜਿਹੜੇ ਹੈ ਸੀ ਅਮੀਰਾਂ ਤਾਂ ਹਨ ਇਸ ਤਰ੍ਹਾਂ ਜਿਹੜਾ ਹੈ ਉਨਾ ਹੀ ਸਤਿਕਾਰ ਸਾਨੂੰ ਮਿਲਦਾ ਹੁੰਦਾ ਸੀ ਪਰ ਹੁਣ ਇਹ ਚੀਜ਼ਾਂ ਨਹੀਂ ਰਹੀਆਂ ਸੋਹ ਜ ਆਤਮਕ ਮਹੱਤਵ ਕੁਦਰਤ ਵਿੱਚ ਖੇੜਦੇ ਖੇੜਦੇ ਤਰ੍ਹਾਂ ਤਰ੍ਹਾਂ ਦੇ ਜੰਤੂ ਚਹਿਕਦੇ ਰੰਗ ਰੰਗ ਬਰੰਗੇ ਪੰਛੀ ਖਿੜੇ ਪੰਦ ਪੰਦੇ ਫੁੱਲ ਜਿਹੜੇ ਨੇ ਬਹੁਤ ਵਧੀਆ ਨਜ਼ਾਰਾ ਜਿਹੜਾ ਹੈ ਪੇਸ਼ ਕਰਦੇ ਨੇ ਤਾਂ ਸਹਿਤ ਸਪਾਟੇ ਲਈ ਵੀ ਆਪਾਂ ਕੁਦਰਤੀ ਸਥਾਨਾਂ ਤੇ ਜਾਂਦੇ ਜਿੱਥੇ ਬਾਇਓਡਾਈਵਰਸਿਟੀ ਮਿਲਦੀ ਹੈ ਤਾਂ ਇਸ ਕਰਕੇ ਜਿਹੜਾ ਹੈ ਉਥੇ ਜਿਹੜੇ ਕਵੀ ਨੇ ਜਿਹੜੇ ਲੇਖਕ ਨੇ ਨੇਚਰਲ ਜਿਹੜੇ ਰਿਸੋਰਸਿਜ਼ ਨੇ ਉਹਨਾਂ ਦੇ ਨੇੜੇ ਜਾ ਕੇ ਲਿਖਦੇ ਨੇ ਠੀਕ ਹੈ ਸ਼ਾਂਤ ਵਾਤਾਵਰਨ ਦੇ ਵਿੱਚ ਤਾਂ ਸੁਜਾਤਮਕ ਮਹੱਤਵ ਵੀ ਜਿਹੜਾ ਹੈਗਾ ਬਾਇਓਡਾਈਵਰਸਿਟੀ ਦਾ ਹੈਗਾ ਹੈ ਸੱਭਿਆਚਾਰਕ ਮਹੱਤਵ ਹੈ ਕਿਉਂਕਿ ਇਹਨਾਂ ਨੂੰ ਕਈ ਵਾਰ ਹੁਣ ਆਪਾਂ ਦੇਖਦੇ ਹਾਂ ਕਾਫੀ ਸਾਰੀਆਂ ਆਪਾਂ ਸਟੋਰੀਜ਼ ਪੜ੍ਹਦੇ ਹਾਂ ਤਾਂ ਜੀਵ ਜੰਤੂਆਂ ਨੂੰ ਜਿਹੜਾ ਹੈਗਾ ਉਹ ਜੀਵਤ ਪਾਤਰਾਂ ਵਾਂਗੂ ਪੇਸ਼ ਕੀਤਾ ਜਾਂਦਾ ਐਨੀਮੇਟਿਡ ਟੇਡ ਤੋਰਦੇ ਉੱਤੇ ਠੀਕ ਹੈ ਤੇ ਕਾਫੀ ਸਾਰੀਆਂ ਸਟੋਰੀਆਂ ਪੋਮਸ ਜਿਹੜੀਆਂ ਨੇ ਕਵਿਤਾਵਾਂ ਨੇ ਹਨਾ ਇੰਗਲਿਸ਼ ਦੀਆਂ ਵੀ ਪੰਜਾਬੀ ਦੀਆਂ ਤਾਂ ਉਹਦੇ ਵਿੱਚ ਜਿਹੜੇ ਨੇ ਬੂਟੇ ਵੀ ਬੋਲਦੇ ਨੇ ਹਨਾ ਤੋਤਾ ਬੋਲਦਾ ਤਾਂ ਇਹਦਾ ਜੀਵਿਤ ਪਾਤਰਾਂ ਦੇ ਰੂਪ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਦਿਖਾਇਆ ਗਿਆ ਹੈ ਸੰਤਾਨਹੀਨ ਮਨੁੱਖ ਤਿੰਨ ਤਰ੍ਹਾਂ ਦੇ ਰੁੱਖ ਪਿੱਪਲ ਬੋੜ ਨਿੰਮ ਲਗਾ ਕੇ ਆਪਣੇ ਵੰਸ਼ ਨੂੰ ਅੱਗੇ ਤੋਰਦਾ ਸiete ਬੱਚਿਆਂ ਦੇ ਨਾਮ ਵੀ ਪਸ਼ੂ ਪੰਛੀ ਤੇ ਬੂਟਿਆਂ ਦੇ ਨਾਮ ਤੇ ਰੱਖਦੇ ਇਹ ਬੋਟਾ ਸਿੰਘ ਤੋਤਾ ਸਿੰਘ ਬੋਰਡ ਸਿੰਘ ਪੀਪਲ ਸਿੰਘ ਹਨ ਤੇ ਰਾਤ ਨੂੰ ਰੁੱਖਾਂ ਦੇ ਥੱਲੇ ਨਹੀਂ ਸੀ ਜਾਇਆ ਜਾਂਦਾ ਪੱਤਾ ਵੀ ਨਹੀਂ ਸੀ ਤੋੜਿਆ ਜਾਂਦਾ ਤੇ ਸੋਚਿਆ ਜਾਂਦਾ ਸੀ ਕਿ ਵੀ ਇਹ ਸੋ ਰਹੇ ਨੇ ਤਾਂ ਇਹ ਵੀ ਸੱਭਿਆਚਾਰਕ ਕਲਚਰ ਦੇ ਤੌਰ ਦੇ ਤੇ ਵੀ ਇਹਦਾ ਜਿਹੜਾ ਮਹੱਤਵ ਹੈ ਤੇ ਦੁੱਖਾਂ ਦੀ ਕਟਾਈ ਕਰਕੇ ਹੁਣ ਜਿਹੜੇ ਕਾਂ ਹੋ ਗਏ ਕਬੂਤਰ ਹੋ ਗਏ ਕੁੰਝਾਂ ਹੋ ਗਈਆਂ ਕੋਇਲ ਹੋ ਗਏ ਮੋਰ ਹੋ ਗਏ ਤਾਂ ਇਹਨਾਂ ਦੇ ਦਰਸ਼ਨ ਜਿਹੜੇ ਨੇ ਦੁਰਲੱਭ ਹੋ ਗਏ ਨੇ ਹਾਂ ਪਿੱਛੇ ਇਲਾ ਵੀ ਆਪਣੀਆਂ ਜਿਹੜੀਆਂ ਹੈਗੀਆਂ ਨੇ ਮਤਲਬ ਗਾਏ ਵੀ ਹੋ ਗਈਆਂ ਸੀਆਂ ਹਨਾ ਹੁਣ ਥੋੜਾ ਥੁੜੀਆਂ ਦਿਖਦੀਆਂ ਨੇ ਇਲਾ ਗਿਟਾਰਾ ਜਿਹੜੀਆਂ ਨੇ ਉਹ ਵੀ ਗਾਇਬ ਹੋ ਗਈਆਂ ਨੇ ਹਨਾ ਤਾਂ ਕਹਿੰਦਾ ਮਤਲਬ ਕਿਉਂਕਿ ਆਪਾਂ ਜਿਹੜਾ ਹੈ ਟੈਕਨੋਲੋਜੀ ਦਾ ਯੂਜ਼ ਕਰ ਰਹੇ ਤੇ ਇਹਨਾਂ ਨੂੰ ਟੈਕਨੋਲੋਜੀ ਦੀ ਰੇਸ ਤੋਂ ਪ੍ਰੋਬਲਮ ਹੈ ਤਾਂ ਕਰਕੇ ਇਹ ਜੀਵ ਜੰਤੂ ਜਿਹੜੇ ਨੇ ਇਹੇ ਐਥੋਂ ਲੋਪ ਹੋਣੇ ਸ਼ੁਰੂ ਹੋ ਗਏ ਆ ਇਦਾਂ ਨਹੀਂ ਕਿ ਭਾਰਤ ਚ ਹੋ ਰਹੇ ਨੇ ਸਾਰੀ ਜਗ੍ਹਾ ਤੇ ਲੋਭ ਹੋਣੇ ਸ਼ੁਰੂ ਹੋ ਗਏ ਨੇ ਸਦਾਚਾਰਕ ਮੱਤਵ ਹੀ ਰੁਖਦਰਵੇਸ਼ ਦੇ ਪ੍ਰਤੀਕ ਮੰਨੇ ਜਾਂਦੇ ਨੇ ਅਤੇ ਇਹਨਾਂ ਹੇਠਾਂ ਹੀ ਜਿਹੜੇ ਲੋਕ ਸੀਗੇ ઋષਿ ਹੋ ਗਏ मुनि ਹੋ ਗਏ ਸਾਧੂ ਸੰਤ ਇਹ ਸਮਾਧੀਆਂ ਲੈਂਦੇ ਸੀ ਗਿਆਨ ਪ੍ਰਾਪਤ ਕਰਦੇ ਸੀ ਠੀਕ ਹੈ ਗੌਤਮ ਬੁੱਧਾ ਨੇ ਵੀ ਜਿਹੜਾ ਸੀ ਗਿਆਨ ਪ੍ਰਾਪਤ ਕੀਤਾ ਸੀ ਤੇ ਕਹਿੰਦਾ ਮਤਲਬ ਕਿ ਬਹੁਤ ਸਾਰੇ ਲੋਕ ਜਿਹੜੇ ਸੀਗੇ ਤਪੱਸਿਆ ਕਰਦੇ ਹੁੰਦੇ ਸੀ ਸੋ ਸਦਾਚਾਰਕ ਮੱਤਵ ਹੀ ਹੈਗਾ ਰੁੱਖਾ ਤੋਂ ਸਹਿਣਸ਼ੀਲਤਾ ਕਬਲ ਦੇ ਫੁੱਲ ਤੋਂ ਨਿਰਲੇਪਤਾ ਕੋਇਲ ਅਤੇ ਬੁਲਬੁਲ ਤੋਂ ਬਿਰਹਾ ਬਿਰਹਾ ਨਹੀਂ ਗਿਆ ਜਾਂਦਾ ਕਿ ਕੋਇਲ ਜਿਹੜੀ ਹੈ ਬਿਰਹਾ ਦਾ ਪ੍ਰਤੀਕ ਹੈ ਬੁਲਬੁਲ ਵੀ ਹੈ ਨਾ ਤੇ ਮਠਾਸ ਮਿਲਦੀ ਹੈ ਚੰਦਨ ਤੋਂ ਠੰਡਕ ਮਿਲਦੀ ਹੈ ਸੁਗੰਧੀ ਦੀ ਜਾਂਚ ਜਿਹੜੀ ਸਿੱਖੀ ਜਾਂਦੀ ਹੈ ਤਾਂ ਕਹਿਣ ਦਾ ਮਤਲਬ ਇਹਦੇ ਬਹੁਤ سارے ਜਿਹੜੇ ਨੇ ਉਹ ਮਹੱਤਵ